ਰਾਹੁਲ ਗਾਂਧੀ ਤੁਹਾਡੇ ਸੀਨੀਅਰ ਨੇਤਾ ਨੇ ਤੁਹਾਡੀ ਪਾਰਟੀ ਦੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਕਿ ਭਾਰਤ ਮਾਤਾ ਦਾ ਕਤਲ ਕੀਤਾ ਗਿਆ ਉੱਥੇ ਉਹ ਭਾਜਪਾ ਨੇ ਕੀਤਾ ਇਹਦੇ ਨਾਲ ਤੁਸੀਂ ਸਹਿਮਤ ਹੋ? ਮੈਂ ਨਹੀਂ ਸਹਿਮਤ ਬਿਲਕੁਲ 100% ਨਾਰੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਕਿ ਜਿਹੜਾ 1984 ਚ ਹੋਇਆ ਸੀ ਉਹ ਕਤਲ ਨਹੀਂ ਸੀ। ਔਰਤਾਂ ਨਾਲ ਬਲਾਤਕਾਰ ਉਹਨਾਂ ਨੂੰ ਮੰਗੀਆਂ ਕਰਕੇ ਪਰੇਸ਼ ਕੀਤਾ ਪੂਰਾ ਗਾਂਧੀ ਨੇ ਇੱਥੇ ਬਿਨਾਂ ਪਾਰਲੀਮੈਂਟ 'ਚ ਕਿਹਾ ਮੈਂ ਉਹਦੀ 100% ਸਪੋਰਟ ਕਰਦਾ ਹਾਂ ਔਰ ਉਹਨਾਂ ਨੇ ਦਰਸਤ ਫਰਮਾਇਆ ਕਿ ਆ ਹਿੰਦੂਸਤਾਨ ਦਾ ਕਤਲ ਹੋਇਆ ਉੱਥੇ ਕੌਮੀ ਪੱਧਰ ਦੇ ਉੱਤੇ ਜਿਹੜੀ ਮਣੀਪੁਰ ਦੀ ਹਿੰਸਾ ਕਰਕੇ ਪਾਰਲੀਮੈਂਟ 'ਚ ਚਰਚਾ ਹੈ ਰਾਹੁਲ ਗਾਂਧੀ ਤੁਹਾਡੇ ਸੀਨੀਅਰ ਨੇਤਾ ਨੇ ਤੁਹਾਡੀ ਪਾਰਟੀ ਦੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਕਿ ਭਾਰਤ ਮਾਤਾ ਦਾ ਕਤਲ ਕੀਤਾ ਗਿਆ ਉੱਥੇ ਉਹ ਭਾਜਪਾ ਨੇ ਕੀਤਾ ਇਹਦੇ ਨਾਲ ਤੁਸੀਂ ਸਹਿਮਤ ਹੋ ਕਿਉਂ ਨਹੀਂ ਸਹਿਮਤ ਬਿਲਕੁਲ 100% ਤੇ ਨਾਲ ਹੀ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਕਿ ਜਿਹੜਾ 1984 'ਚ ਹੋਇਆ ਸੀ ਉਹ ਕਤਲ ਨਹੀਂ ਸੀ ਨਹੀਂ ਉਹ ਮੈਂ ਜਿਹੜਾ 84 ਵਾਲਾ ਵਾਕਿਆਤ ਉਹ ਇੱਕ ਆ ਉਹ ਸਦਾ ਲਈ ਰਹਿਣਾ ਹੈ ਉਹ ਤੱਬਾ ਵਾ ਉਹ ਇਸ ਦੇਸ਼ ਦੇ ਜਿਹੜਾ ਸੰਵਿਧਾਨ ਕਹ ਲੋ ਜਮਹੂਰੀਅਤ ਕਹ ਲੋ ਉਹ ਤਾਂ ਤੱਬਾ ਹੈਗਾ ਹੀ ਹੈਗਾ ਆਈ ਕੈਨ ਨਾਟ ਮੇਰੇ ਕਹਿਣਾ ਜਮੈਂ ਡਿਨਾਈ ਕਰਦਾ ਜਾਂ ਕੁਝ ਕਾਂਗਰਸ ਦੇ ਲੀਡਰਸ ਡਿਨਾਈ ਕਰਨ ਦੇ ਕੈਨ ਥੈਟ ਕੈਨ ਨਾਟ ਬੀ ਇਰੇਜਡ ਪਰ ਹੁਣ ਮੋਦੀ ਤੇ ਬੀਜੇਪੀ ਦੱਸਣ ਕਿ ਅੱਜ ਦੇ ਯੁੱਗ ਵਿੱਚ ਮਨੀਪੁਰ ਵਿੱਚ ਔਰਤਾਂ ਨਾਲ ਬਲਾਤਕਾਰ ਉਹਨਾਂ ਨੂੰ ਨੰਗੀਆਂ ਕਰਕੇ ਪਰੇਡ ਕੀਤਾ ਕਤਲੋਗਰਦ ਹੋਈ ਕਿੰਨੇ ਬੰਦਿਆਂ ਦੀ ਕੀ ਇਹਦੇ ਤੇ ਕੋਈ ਐਕਸ਼ਨ ਨਹੀਂ ਸੀ ਬਣਦਾ ਇਸ ਕਰਕੇ ਜੋ ਰਾਹੁਲ ਗਾਂਧੀ ਨੇ ਉੱਥੇ ਵਿਦਾ ਪਾਰਲੀਮੈਂਟ ਚ ਕਿਹਾ ਮੈਂ ਉਹਦੀ 100% ਸਪੋਰਟ ਕਰਦਾ ਹਾਂ ਔਰ ਉਹਨਾਂ ਨੇ ਦਰਸਤ فرمایا ਕਿ ਹਿੰਦੁਸਤਾਨ ਦਾ ਕਤਲ ਹੋਇਆ ਉੱਥੇ ਬਿਕੋਜ਼ ਜੇ ਜੇ ਸਾਡੇ ਦੇਸ਼ ਵਿੱਚ ਔਰਤਾਂ ਮਹਿਫੂਜ਼ ਨਹੀਂ ਗਿਆ ਮਾਈਨੋਰਟੀਜ਼ 크ਰਿਸਚੀਅਨਸ ਸਿੱਖ ਮੁਸਲਮਾਨ ਇਹ ਮਹਫੂਜ਼ ਨਹੀਂ ਤੇ ਫਿਰ ਕੌਣ ਕਹਿ ਸਕਦਾ ਕਿ ਇਹ ਸੈਕੂਲਰ ਦੇਸ਼ ਆ ਤਾਂ ਕਰਕੇ ਲੜਾਈ ਬੜੀ ਵਾਜਬ ਹੈ ਕਾਂਗਰਸ ਇੱਕ ਪਾਸੇ ਕੌਮੀ ਹੋ ਸਿਆਸਤ ਇੱਕ ਪਾਸੇ ਪੰਜਾਬ ਦੇ ਵਿੱਚ ਤੁਸੀਂ ਲੜਾਈ ਜਿਹੜੀ ਲੜ ਰਹੇ ਹੋ ਕਿ ਆਪ ਨੂੰ ਜਿਹੜੀ ਸੱਤਾ ਮਿਲੀ ਹੈ ਉਹਦਾ ਦੁਰਪਯੋਗ ਹੋ ਗਿਆ ਤੁਹਾਡੇ ਲਗਾਤਾਰੀ ਬਿਆਨਾਂ ਦੇ ਵਿੱਚ ਝਲਕਦਾ ਹੈ ਔਰ ਐਕਸ਼ਨ ਆ ਜਿਹੜਾ ਹੁਣ ਤੁਸੀਂ ਲੈਣਾ ਕੀ ਚਾਹੁੰਦੇ ਹੋ ਸਟੇਜ ਕਿੱਥੇ ਪਹੁੰਚ ਗਿਆ ਕਿ ਮੰਤਰੀ ਲਾਲਚੰਦ ਕਟਾਰੂ ਚੱਕ ਇੱਕ ਤੋਂ ਉਸ ਮਸਲੇ 'ਚ ਘਿਰ ਗਏ ਜ਼ਮੀਨ ਵਾਲੇ 'ਚ ਇੱਕ ਖੁਦ ਦਾ ਘਰ ਉਹਨਾਂ ਦਾ ਸਰਕਾਰੀ ਜ਼ਮੀਨ 'ਚ ਤੇ ਇੱਕ ਹੋਰ ਇਲਜ਼ਾਮ ਉਹਨਾਂ ਤੇ ਇੱਕ ਕੇਸ਼ਵ ਦੇ ਨਾਲ ਬੱਦਫੈਲੀ ਇੱਕ ਮੁੰਡੇ ਦੇ ਨਾਲ ਕੁੜੀਆਂ ਨਾਲ ਦਾ ਸੁਣਦੇ ਕੀਤੇ ਸੀਗੇ ਲੇਕਿਨ ਇੱਕਦਮ ਜਾ ਕੇ ਉੱਤੇ ਮੈਂ ਹੈਰਾਨ ਹਾਂ ਕਿ ਇੱਕ ਟਾਰੂ ਚੱਕ ਆਪਣੇ ਪਰਿਵਾਰ ਨਾਲ ਜਾਂ ਆਪਣੇ ਆਫੀਸਰਾਂ ਨਾਲ ਬਹਿੰਦਾ ਕਿੱਦਾਂ ਹੋਊਗਾ ਉਹ ਜਿਹੜੇ ਆਫੀਸਰ ਉਹਦੇ ਨਾਲ ਫਾਈਲਾਂ ਲੈ ਕੇ ਜਾਂਦੇ ਹੋਣੇ ਉਹਨਾਂ ਵਿੱਚ ਅਗਰ ਕੋਈ ਔਰਤ ਹੈਗੀ ਉਹ ਕਿੱਦਾਂ ਦੇਖਦੇ ਹੋਣਗੇ ਇੱਕ ਦੂਜੇ ਨੂੰ ਦੂਸਰਾ ਮਸਲਾ ਉਹਦਾ ਜਿਹੜਾ 92 ਕਿਲੇ ਜ਼ਮੀਨ ਦਾ ਆ ਗਿਆ ਜਿਹੜਾ ਕਿ ਸ਼ੋਰ ਸ਼ਾਟ ਇਹਦੀ ਮਰਜ਼ੀ ਤੋਂ ਬਿਨਾਂ ਕਿੱਦਾਂ ਇੱਕ ਦਾਗੀ ਬੀਡੀਪੀਓ ਨੂੰ ਇੱਕ ਤੁਰੰਤ ਡੀਡੀਪੀਓ ਤੇ ਨਾਲ ਐਡੀਸੀ ਦਾ ਚਾਰਜ ਤੇ ਅੱਜ ਫੈਸਲਾ ਕੀਤਾ ਤੇ ਕੱਲ ਨੂੰ ਰਿਟਾਇਰ ਇੱਕ ਹੋ ਸਕਦਾ ਵਾ ਜਦ ਤੈਂ ਚੰਡੀਗੜ੍ਹ ਚ ਬੈਠੇ ਤਾਕਤਵਰ ਲੋਕਾਂ ਦੀ ਸ਼ੈ ਨਹੀਂ ਗੇ ਤੇ ਤੀਸਰਾ ਮਸਲਾ ਕੋ ਦਾ ਆਪਣਾ ਸਰਕਾਰ ਜਿਹੜਾ ਉਹ ਪੰਚਾਇਤ ਦੀ ਜ਼ਮੀਨ ਦੇ ਵਿੱਚ ਆਉਂਦਾ ਵਾ ਪਾਵਾਂ ਉਹ ਗੱਲ ਉਹ ਕਨਾਲ ਦਾ ਵਾ ਜਾਂ ਦੋ ਕਨਾਲ ਦਾ ਮੇਰਾ ਇਹਨਾਂ ਕੋਈ ਸਰਕਾਰ ਨਹੀਂ ਗਾ ਬਟ ਕੁਐਸਚਨ ਇਜ਼ ਥੈਟ ਹੀ ਹੈਜ਼ ਬ੍ਰੋਕਨ ਦ ਲਾਅ ਐਂਡ ਹੀ ਕੰਟੀਨਿਊਜ਼ ਟੂ ਬ੍ਰੇਕ ਦ ਲਾਅ ਥੇਰਫੋਰ ਉਹਦੇ ਕਲਵ ਐਕਸ਼ਨ ਹੋਣਾ ਚਾਹੀਦਾ ਨਾ ਕੱਢਣ ਕੀ ਪਤਾ ਜਿਹੜੇ ਵੇਲੇਆਂ ਵਿੱਚ ਉਹਨਾਂ ਨੂੰ ਘਰ ਮਿਲਿਆ ਹੋਵੇ ਕਾਨੂੰਨੀ ਤੌਰ ਤੇ ਲਿਆ ਹੋਵੇ ਹੋ ਸਕਦਾ ਉਸ ਵੇਲੇ ਆਰਥਿਕ ਹਾਲਤ ਦੀ ਉਹਨਾਂ ਦੀ ਮਾੜੀ ਹੋਵੇ ਨਹੀਂ ਨਹੀਂ ਘਰ ਬੜਾ ਸੋਹਣਾ ਬਣਿਆ ਹੋਇਆ ਏਸੀ-ਯੂਸੀ ਲ ਵੀਡੀਓ ਦੀ ਰਿਪੋਰਟ ਹੈ ਨਾ ਮੈਂ ਥੋੜੋ ਕਹਿ ਰਿਹਾ ਮੇਰੇ ਕਹਿਣ ਨਾਲ ਕਿ ਜੇ ਨਜਾਇਜ਼ ਕਾਬਜ ਆ ਬੀ ਡੀ ਪੀਓ ਜਿਹੜਾ ਇਹਦੇ ਬਲੌਕ ਦਾ ਲੱਗਿਆ ਅਫਸਰ ਉਹਦੀ ਤਸਦੀਕਸ਼ੋਦਾ ਰਿਪੋਰਟ ਆ ਸੋ ਮੈਂ ਹੁਣ ਭਗਵੰਤ ਮਾਨ ਨੂੰ ਨਹੀਂ ਫਰਜ਼ ਕਰਉ ਇਸ ਗੱਲ ਤੇ ਕਿਉਂਕਿ ਇਹ ਬੋਲਦੇ ਹੀ ਨਹੀਂਗੇ ਜਦੋਂ ਇਹ ਨਾ ਅੱਜ ਪੰਜਾਬ ਦੇ ਵਿੱਚ ਜਿਹੜੇ ਅਸਲ ਮੁੱਦੇ ਨੇ ਜਿਹੜੇ ਨਸ਼ੇ ਦਾ ਮੁੱਦਾ ਹੈ ਜਾਂ ਜਿਹੜਾ ਸਹੀ ਮੈਨਿਆਂ ਵਿੱਚ ਬਾਹਰਲੇ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਮੈਂ ਚੰਦ ਦਿਨ ਪਹਿਲਾਂ ਖੁਲਾਸਾ ਕੀਤਾ ਨਾ ਜਿਹੜੇ ਇਹਨਾਂ ਨੇ 404 ਵੈਟਰਨਰੀ ਇਨਸਪੈਕਟਰਸ ਰੱਖਿਓ ਤੋਂ 134 ਬੰਦੇ ਹਰਿਆਣਾ ਦੇ ਰਾਜਸਥਾਨ ਨਹੀਂ ਬੋਲਣ ਨਾ ਕੱਢਣ ਘਟਾਰੂ ਚੱਕ ਨੂੰ ਸਾਨੂੰ ਤਾਂ ਫਾਇਦਾ ਦੇ ਰਹੇ ਨੇ ਇਟ ਇਜ਼ ਓਨਲੀ ਗਿਵਿੰਗ ਅਸ ਅ ਹੈਂਡਲ ਜੇ ਫਰਜ਼ ਕਰੋ ਘਟਾਰੂ ਚੱਕ ਨੂੰ ਜਿੱਦ ਦਿਨ ਵੀਡੀਓ ਗਵਰਨਰ ਕੋਲ ਗਈ ਸੀ ਉਹ ਦਿਨ ਰਾਤ ਨੂੰ ਕੱਢ ਦਿੰਦੇ ਅਸੀਂ ਫਿਰ ਕੀ ਕਹਿੰਦੇ ਆਣ ਕੇ ਲੋਕਾਂ ਨੂੰ